ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਲਾਲਪੁਰਾ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਨੀਟੇ ਭਾਈ ਉਹਨਾਂ ਕੋਲ ਆਪਾਂ ਪਹੁੰਚੇ ਹਾਂ ਅਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕਵਾਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਅਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਬਹੁਤ ਵਧੀਆ, ਠੀਕ ਠਾਕ। ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ। ਦਰਸ਼ਨ ਹਰਪ੍ਰੀਤ ਜੀ, ਤੁਹਾਡੀ ਵੀਡੀਓ ਦਾ ਇੰਨਾ ਪ੍ਰੇਮ ਮਿਲ ਰਿਹਾ ਵੀ ਇਹ ਗਾਵਾਂ ਹੁਣੇ ਬੰਦੇ ਮੋੜੇ ਇੱਥੋਂ। ਅੱਛਾ, ਤਲਵੰਡੀ ਵਾਲੇ ਛੱਬੇ ਹੋਣੀ ਜਾਣਦੇ ਹੋਣੇ, ਸਾਰਾ ਮੁਲਕ ਹੀ ਉਹਨੂੰ ਜਾਣਦਾ ਦਲਾਲ ਨੂੰ। ਅੱਛਾ, ਜੰਮੂ ਵਾਲੇ ਲੈ ਕੇ ਆਇਆ ਸੀ ਤੇ ਅਸੀਂ ਸਾਡੇ ਕੋਲ ਮਾਲਾ ਜਿਹਾ ਨੀਗਾ। ਅੱਛਾ ਅੱਛਾ, ਹਾਂਜੀ ਅੱਗਾਂ ਸਾਡੇ ਆਉਣ ਵਾਲੇ ਦੋ ਘਰ ਸੀ ਤੇ ਉਹਨੂੰ ਝੂਠ ਹੀ ਮਾਰ ਗਏ ਸੀ ਨਾ। ਅੱਛਾ ਅੱਛਾ, ਤੁਹਾਨੂੰ ਹੁਣ ਟਾਈਮ ਦਿੱਤਾ ਅਸੀਂ ਲੱਗ ਗਿਆ, ਇਹ ਦਰਸ਼ਨ ਦੇ ਕੇ ਜ਼ਰੂਰ ਜਾਇਓ। ਠੀਕ ਹੈ, ਕਿੰਨੇ ਦਿਨ ਹੋ ਗਏ ਇਸ ਤਰ੍ਹਾਂ ਆਪਣੀ ਗੱਲ ਹੁੰਦੀ, ਮਾਲ ਵੇਚ ਜਾਂਦਾ ਜਾਂ ਕਈ ਵਾਰੀ ਸਾਡੇ ਕੋਲ ਨਹੀਂ ਆਇਆ ਜਾਂਦਾ। 21 ਤਰੀਕ ਦੇ ਤੁਹਾਡੇ ਨਾਲ ਗੱਲ ਹੋਈ ਸੀ ਤੇ ਉਦੋਂ ਵੀ ਫਿਰ ਜੰਮੂ ਵਾਲੇ ਲੈ ਗਏ ਸੀ। ਠੀਕ ਆ, ਮਾ ਇਹ ਆ ਕਿ ਮਾਲ ਦੀ ਆਈ ਚਲਾਈ ਜਿਹੜੀ ਆ ਹੋਈ ਜਾਂਦੀ ਹੈ। ਹੁਣ ਤੁਹਾਡੀ ਵੀਡੀਓ ਸਦਕਾ ਡਈ। ਠੀਕ, ਚਲੋ ਇਹ ਆ ਕਿ ਕਿਸੇ ਨੂੰ ਆਪਾਂ ਮਾਲ ਚੰਗਾ ਦੇਵਾਂਗੇ ਤੇ ਫਿਰ ਹੀ ਅਗਲਾ ਦੁਬਾਰਾ ਆਉਂਦਾ, ਤੇ ਜੇ ਦੁਬਾਰਾ ਦੁਬਾਰਾ ਹੀ ਗਾਹਕ ਜਿਹੜੇ ਆਉਂਦੇ ਆ, ਤੇ ਇਹ ਵੀ ਚੀਜ਼ਾਂ ਦਾ ਜਿਹੜਾ ਵਾਧਾ ਹੁੰਦਾ ਜਦੋਂ ਗਾਹਕ ਦੁਬਾਰਾ ਆਉਂਦਾ ਵਾ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਨੀਰਾ ਜੀ। ਹਾਂਜੀ, ਜਲਾਲਪੁਰਾ, ਤਹਿਸੀਲ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 9172-64-6771। ਠੀਕ ਹੈ, 9152-01-43। ਠੀਕ ਹੈ, ਚਲੋ ਸ਼ੁਰੂਆਤ ਫਿਰ ਆ ਜਿਹੜੀ ਆ ਕਾਫੀ ਖੂਬਸੂਰਤ ਵੈੜ ਆ, ਤਿੰਨੇ ਜਿਹੜੀਆਂ ਸੋਹਣੀਆਂ ਵਾ, ਇੱਕ ਤੋਂ ਇੱਕ ਹੀ ਆ ਤਿੰਨੇ। ਇਹਦਾ ਬੱਚਾ ਜੀ, ਇਹ ਵੱਛੀ ਜੀ, ਇਹ ਵੱਛੀ ਆ, ਇੱਕ ਮਿੰਟ ਠਾ ਕੇ ਦਿਖਾਈਏ ਫਿਰ। ਕਾਫੀ ਖੂਬਸੂਰਤ ਵੱਛੀ ਆ ਜਿਹੜੀ, ਇਹਦੇ ਮਗਰ ਤਾਜ਼ੀ ਸੂਈ ਆ। ਬਾਕੀ ਟੀਕਾ ਕਿਸੇ ਵੀਰ ਨੇ ਚੰਗਾ ਭਰਾਇਆ ਵਾ, ਮਗਰ ਵੱਛੀ ਵੀ ਜਿਹੜੀ ਸੋਹਣੀ ਆਈ ਆ ਇਹਦੇ ਮਗਰ। ਕਿੰਨਵਾਂ ਸੂਆ ਸੂਈ ਜੀ? ਇਹ ਦੂਜਾ ਸੂਆ ਰਿਹਾ ਹਰਪ੍ਰੀਤ ਜੀ। ਠੀਕ ਆ, ਤੇ ਕਿੰਨਾ ਕੁ ਬੋਲਾ ਆਊਗਾ ਇਹਦੇ ਕੋਲ? ਬੋਲਾ ਵੀਰ ਜੀ, ਮੈਂ ਕੋਈ ਕਹਿ ਨਹੀਂ ਸਕਦਾ, ਰਾਤ ਦੀ ਸੂਈ ਆ ਤੇ ਸਵੇਰੇ ਉਹਨਾਂ ਵੀ ਚੋਈ ਸੀ 2 ਕਿਲੋ, ਤਾਂ 2 ਕਿਲੋ ਚੋ ਕੇ ਮੈਂ ਲਿਆਂਦੀ ਜੇ ਹੁਣੇ। ਅੱਛਾ, ਪਾਸ ਕਰਕੇ ਲਿਆਂਦੀ। ਅੱਛਾ, ਜੇ ਹੁਣੇ ਆਇਆ ਮਾਲ ਕੇ? ਹਾਂਜੀ ਹਾਂਜੀ, ਕਹਿ ਨਹੀਂ ਸਕਦੇ ਵੀਰੇ ਕਿੰਨਾ ਕਿੰਨਾ ਨਹੀਂ। ਤੇ ਕਿੰਨਾ ਕੁ ਚਵਾਈ ਜਾਓ ਦੁੱਧ ਉੱਤਰ? ਦੁੱਧ ਵੇਖੋ ਜੀ, ਘਰ ਵਾਲਿਆਂ ਕੋਲ ਲਈ, ਉਹ ਤੇ ਆਖਣ ਡੇ ਸੀ ਵੀ 16-17 ਕਿਲੋ ਪਹਿਲਾਂ ਨੇ ਕੱਢਿਆ। ਅੱਛਾ, ਤਿਆਰ ਕਰਨ ਦੂਜਾ ਸੂਆ, ਚਲੋ ਬਹੁਤਾ ਨਹੀਂ ਇੰਨਾ 16-17 ਤੇ ਕਰ ਹੀ ਸਕਦੀ ਆ। ਠੀਕ ਹੈ ਜੀ, ਚੰਗੀ ਆ, ਜਾ ਖੋਲੀਏ ਹਾਂ ਫਿਰ ਤੋਰ ਦਈਏ। ਬਾਕੀ ਮਗਰ ਵੱਛੀ ਬੜੀ ਸੋਹਣੀ ਆ, ਇਹਨਾਂ ਨੇ ਟੀਕਾ ਜਿਹੜਾ ਚੰਗਾ ਭਰਾਇਆ ਮਗਰ, ਤੇ ਆਪ ਵੀ ਵੈੜ ਸੋਹਣੀ ਆ, ਚੰਗੇ ਕੱਦ ਕਾਠ ਵਾਲੀ ਆ, ਸੋਹਣੇ ਰੰਗ ਰੂਪ ਵਾਲੀ। ਹੁਣ ਵੀਰ ਜੀ ਨੇ ਕਹਿੰਦੇ ਕਿ ਪਾਸ ਕਰਕੇ ਜਿਹੜੀ ਲਿਆਂਦੀ ਆ, ਕੋਈ 2 ਕਿਲੋ ਚੋ ਕੇ ਲਿਆਂਦੀ ਆ। ਅਜੇ ਨਵਾਈ ਨਵੂਈ ਵੀ ਨਹੀਂ ਆ, ਲੈ ਜਾਓ ਜੀ। ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ, ਗੁਲਾਬੀ ਰੰਗ ਦੇ ਥਾਣੇ ਆ ਤੇ ਉਹ ਤਰ੍ਹਾਂ ਪ੍ਰਿੰਟ ਸੋਹਣਾ। ਤੇ ਕੀ ਰੱਖ ਦਈਏ ਫਿਰ ਇਹਦਾ ਮੁੱਲ ਆਪਾਂ? ਮੁੱਲ ਮੈਂ ਦੇਣਾ ਤੁਸੀਂ ਕਰ ਦਿਓ, ਇੰਨੀ ਚਿਰ ਬਾਅਦ ਆਏ ਜੀ। ਨਹੀਂ ਤੁਸੀਂ ਕਰ ਦਿਓ ਜੀ, ਅੱਜ ਆ ਉਤਰਾ ਠੰਡੀ ਧੀਰੀ ਆ। ਠੀਕ ਆ ਜੀ, ਕਿੰਨੇ ਦੀ ਦੇ ਦਈਏ ਆਪਾਂ? ਮੁੱਲ ਤੇ ਤਾਂ 50,000 ਕਰਨੇ ਆ। ਅੱਛਾ, ਤੇ ਵਿੱਚੋਂ ਕਰਨਾ ਕਮਾਨ ਤਨ? ਜੋ ਤੁਸੀਂ ਆਖੋਗੇ ਉਹੀ ਕਰ ਦਾਂਗੇ, ਚਿਰ ਬਾਅਦ ਆਏ ਜੀ। 2,000 ਕਰ ਦਈਏ? 3 ਹੀ ਕਰ। ਅੱਛਾ, 47,000 ਦੀ ਦੇ ਦੋਗੇ? 46 ਦੀ ਦੇ ਦਾਂਗੇ, ਅੱਛਾ ਛੋਟੀ ਹੋਣੀ ਜੇ ਬਹੁਤਾ ਕੋਈ ਤੰਗ ਨਾ ਕਰੇ ਵੀ। ਅੱਛਾ, 46,000 ਦੀ ਜਿਹੜੀ ਦੇ ਦੋਗੇ, ਬਾਕੀ ਚਲੋ ਛੋਟ ਛਾਟ ਮੌਕੇ ਦੇ ਜੀ। ਐਡੀ ਕੋਈ ਦਊ ਨਾ। ਠੀਕ ਆ, ਬਾਕੀ ਉਤਰਾ ਪ੍ਰਿੰਟ ਵੀ ਸੋਹਣਾ ਵਾ ਤੇ ਮਗਰ ਵੱਛੀ ਵੀ ਸੋਹਣੀ ਆ। ਤੇ ਹੁਣ ਵੀਰ ਜੀ ਜਿਹੜੀ ਆ ਦੂਸਰੇ ਨੰਬਰ ਤੇ ਆ, ਇਹ ਵੀ ਖੋਲ ਕੇ ਲਿਆਓ ਫਿਰ, ਇਹ ਵੀ ਦਿਖਾ ਦਈਏ। ਕਿੰਨਵਾਂ ਸੂਆ ਜਿਹੜੀ ਦੂਸਰੇ ਨੰਬਰ ਤੇ ਆ? ਉਹ ਵੀਰ ਜੀ ਦੂਜਾ ਸੂਆ ਜੀ। ਅੱਛਾ, ਹਾਂਜੀ, ਤੇ ਕਿੰਨਾ ਚਿਰ ਹੋ ਗਿਆ ਉਹਨੂੰ ਸੂਈ ਨਾ? ਉਹਨੂੰ 8 ਦਿਨ ਹੋ ਗਏ ਸੂਈ ਨੂੰ, 8 ਤੋਂ 10 ਦਿਨ ਆ ਵੱਛਾ ਜੇ ਮਗਰ ਡੱਬਾ ਦੇ। ਅੱਛਾ, ਹਾਂਜੀ,
ਠੀਕ ਹੈ ਜੀ। ਮਤਲਬ ਕਿ ਮੈਂ ਗਵਾਂਢੋਂ ਹੀ ਲਈ ਹੈ ਘਰੋਂ, ਹਾਂਜੀ, ਵਛਾ ਨਹੀਂ ਹੈ ਥੱਲੇ ਛੱਡਦੇ ਤੇ ਉਦਾਂ ਆਪਾਂ ਜਿਹੜਾ ਮਰਜ਼ੀ ਬੈਠਾ ਰਹੇ। ਠੀਕ ਹੈ। ਅੱਛਾ, ਨਾਲ ਦੇ ਘਰੋਂ ਹੀ ਲਈ ਹੈ? ਨਾਲ ਦੇ ਹਾਂ, ਵੇਖੋ ਲੱਗ। ਤੇ ਕਿਹੜਾ ਬੱਚਾ ਜਿਹਦਾ? ਆ ਵਛਾ ਡੱਬਾ ਜੀ। ਅੱਛਾ, ਤੇ ਦੁੱਧ ਕਿੰਨਾ ਜਿਹਦੇ ਕੋ ਮੌਕੇ ਤੇ? ਦੁੱਧ ਇਹ ਵੇਲੇ 10 ਤੋਂ 11 ਲੀਟਰ ਹੋਊਗਾ, ਜਿੰਨੇ ਉਦਾਂ ਮੰਗਾਉਣੀ 9 ਲੀਟਰਾਂ ਦੇ ਘੱਲਾਂਗੇ, ਜਿਹੜਾ ਘਰ ਚ ਵਾਉ 11 ਤੋਂ ਵੀ 11.5 ਚ ਵਾ ਦਾਂਗੇ। ਤੇ ਸੋਈ ਨੂੰ ਉਤਰਾ ਕਿੰਨੇ ਦਿਨ ਹੋਏ ਆ? 8-10 ਦਿਨ। ਤੇ ਕਿੰਨਾ ਕੁ ਦੁੱਧ ਚ ਵਾ ਜੂਗੇ? ਦੁੱਧ ਵੀਰ ਜੀ ਪਹਿਲੀ ਵਾਰ ਆਉਣ ਲਈ 60,000 ਦੀ ਗਾਂ ਮੁੰਡਾ ਡਬਈਓ ਆਇਆ ਵਾ। ਅੱਛਾ, ਹਾਂਜੀ, ਠੀਕ ਹੈ। ਤੇ ਉਦੋਂ ਦੇ ਇਹਦੇ 18-19 ਕਿਲੋ ਪਹਿਲਾਂ ਥੱਲੇ ਦੁੱਧ ਸੀ। ਅੱਛਾ, ਤੇ ਹੁਣ ਇਹਦਾ ਥੋੜਾ ਜਿਹਾ ਰੁੱਖ ਥੋੜਾ ਬਦਲਿਆ, ਲੱਸੀ ਲੱਸੀ ਸਾਂਭੀ ਸੁੰਭੀ ਘੱਟ ਗਈ ਆ। ਹੁਣ 10 ਤੋਂ 11 ਲੀਟਰ, ਚਲੋ 15 ਕਿਲੋ ਤੇ ਚਵਾਉਗੀ ਨਾਰਮਲ ਸੇਵਾ ਤੇ। ਠੀਕ ਹੈ ਜੀ, ਚੰਗੀ ਆ, ਲਿਆ ਫਿਰ ਤੋਰ ਦਈਏ ਇਹਨਾਂ ਨੂੰ। ਉਸ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਆ। ਨਾਲ ਦੇ ਘਰੋਂ ਹੀ ਜਿਹੜੀ ਲਈ ਆ, ਵੀਰ ਜੀ ਹੁਣੀ ਦੱਸਣ ਦੇ ਆ, ਪਰਲੇ ਪਾਸੇ ਜਿਹੜਾ ਘਰ ਆ। ਬਾਕੀ ਸੇਵਾ ਜਿਹੜੀ ਉਹਨਾਂ ਦੀ ਥੋੜ੍ਹੀ ਹਿਸਾਬ ਦੀ ਆ। ਉਸ ਤਰ੍ਹਾਂ ਜਿਹੜਾ ਕੱਦ ਕਾਠ ਜਿਹੜਾ ਇਹਦਾ ਚੰਗਾ। ਹੁਣ ਮੌਕੇ 'ਤੇ 10 ਕੁ ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ, ਅਤੇ 15 ਕੁ ਲੀਟਰ ਤੱਕ ਜਿਹੜਾ ਕੋਈ ਚੰਗੀ ਸਾਂਭ ਕਰੂਗਾ ਤਾਂ ਚੱਲ ਜੂਗੀ। ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ। ਹਾਂ, ਦੇਖ ਸਕਦੇ ਥਾਣੇ 'ਤੇ ਲੱਗੇ ਤਾਂ। ਅਤੇ ਇਹਦਾ ਵੀਰ ਜੀ ਕੀ ਰੱਖਦੀ ਆ ਆਪਾਂ ਮੁੱਲ? ਇਹਦਾ ਮੁੱਲ ਤਾਂ 40,000 ਹੈ। ਅੱਛਾ, ਜੋ ਤੁਸੀਂ ਕਰਾਉਣਾ ਕਿੰਨਾ ਕਰ ਦਈਏ? ਤਾਂ ਆਪਣੀ ਖੁਸ਼ੀ ਨਾਲ ਮਰਜ਼ੀ ਨਾਲ ਕਰ ਦਿਓ, ਜਿੰਨਾ ਅੱਜ ਕਰ ਦੋਗੇ ਨਾ ਇਹਦਾ ਹੀ ਕਰ ਦੋ, ਜਿੰਨਾ ਕਰਨਾ। ਤੇ ਨਹੀਂ ਕਰ ਦਈਏ ਤਾਂ ਵੀ 5 ਹੀ ਕਰ ਦਿਓ। ਅੱਛਾ, ਇਹ ਦੇ ਦੋਗੇ 35,000 ਦੀ? 35,000 ਦੀ ਹੋਰ ਛਪਾਈ ਹੋ। ਠੀਕ ਹੈ ਜੀ। ਤੇ ਹੁਣ ਜਿਹੜੀ ਇਹ ਕੈਂਡੇ 'ਤੇ ਰਹਿ ਗਈ, ਉਹਦਾ ਬੱਚਾ ਉਹ ਜੇ? ਉਹ ਵੱਛੀ ਜੇ? ਉਹ ਵੱਛੀ ਆ, ਉਹਦੀ ਜਰਸੀ ਵੱਛੀ ਆ ਜਿਹੜੀ। ਤੇ ਲਿਆ ਖੋਲ ਕੇ ਫਿਰ, ਇਹ ਆਇਰ ਸ਼ਹਿਰ 'ਚ ਆ ਜਿਹੜੀ, ਥੋੜ੍ਹੀ ਕਾਫੀ ਖੂਬਸੂਰਤ ਚਿਹਰਾ ਵਾ ਜਿਹੜਾ ਇਹਦਾ ਵੀ। ਇਹਨੂੰ ਵੀਰ ਜੀ ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ? ਇਹਨੂੰ 8-10 ਦਿਨ ਹੋ ਗਿਆ, ਉਹ ਵੱਛੀ ਆ, ਬੱਚੇ ਵਿਖਾਲ ਦਿਓ। ਠੀਕ ਹੈ ਜੀ। ਤੇ ਕਿੰਨਾ ਮੌਕੇ ਦੇ ਦੁੱਧ ਇਹਦੇ ਕੋਲ? ਮੌਕੇ ਤੇ ਇਹ ਵੀ 10-11 ਕਿਲੋ ਇਹਦੇ। ਅੱਛਾ, ਇਹ ਜੇ ਕਿਸੇ ਨੇ ਮੰਗਾਉਣੀ ਇਹ ਵੀ 9 ਕਿਲੋ ਆ, ਦਵਾਂ ਘਰ ਆਊਦਾ 11 ਚ ਵਾ ਦਾਂਗੇ। ਅੱਛਾ, ਹਾਂਜੀ, ਠੀਕ ਆ। ਤੇ ਇਹ ਕਿੰਨਾ ਕੁ ਦੁੱਧ ਵਾਜੂ? ਉੱਤਰ ਇਹਦਾ ਮਗਰਲਾ ਥਣ ਨਾ ਕਮਹਿਣੀ ਵਾਲੇ ਬੰਨੇ ਦਾ, ਉਹਨੂੰ ਪਸਵਾ ਵੱਜ ਗਿਆ ਸੀ ਤੇ ਵੀਰ ਨੇ ਟੀਕੇ ਲਵਾ ਤੇ 20 ਤਾਰਾਂ ਹੋ ਗਈਆਂ, ਤਿਲੜ ਕਰਕੇ ਦਵਾਂਗੇ। ਅੱਛਾ, ਤਿਲੜਾਂ 'ਚ ਜਾਣੀ ਉਸ ਤਰ੍ਹਾਂ 20 ਤਾਰਾਂ ਆਉਂਦੀਆਂ? ਹਾਂਜੀ, ਚੱਲ ਪਿਆ, ਮਤਲਬ ਕਿ ਜਿਹੜਾ ਤੁਰ ਪਿਆ ਵਾ ਹੁਣ ਗਾਂ, ਜੇ ਕੋਈ ਲੈ ਜੂਗਾ ਤੇ ਜੇ ਉਹ ਪੂਰਾ ਕਰ ਸਕਦਾ ਪੂਰਾ ਕਰ ਲੈ, ਨਹੀਂ ਤੇ ਹੁਣ ਤੇ ਮੁੱਲ ਤਿਲੜਾਂ ਲਈ ਜੋ ਉਹਦਾ ਟ੍ਰੀਟਮੈਂਟ ਉਹਨੇ ਕਰਾਤਾ, ਮੁੰਡਾ ਪੜਿਆ ਲਿਖਿਆ ਕਰਾਤਾ ਵਾ। ਅੱਛਾ, ਮਤਲਬ ਕਿ ਪਾਣੀ ਹੋ ਗਿਆ ਹੁਣ ਦੁੱਧ। ਅੱਛਾ, ਇਹ ਵੀ ਗਵਾਂਢੀਆਂ ਕੋਲ ਲਈ ਆ? ਹਾਂਜੀ ਹਾਂਜੀ, ਇਹ ਵੀ ਇਧਰੋਂ ਹੀ ਲੈ ਗਏ। ਠੀਕ ਆ। ਤੇ ਇਹਦੇ ਇਹ ਉਤਰਾ ਕਿੰਨਾ ਚਵਾਈ ਜਾ ਦੁੱਧ? ਦੁੱਧ ਇਹਨੇ 17-18 ਕਿਲੋ ਚਵਾਇਆ ਗਿਆ ਪਹਿਲੇ ਸੂਹੇ ਦੇ, ਹੁਣ ਵੀ ਚਲੋ ਤਿਲੜਿਆ 13-14 ਕਿਲੋ ਤੇ ਦਊਗੀ ਨਾ। ਠੀਕ ਹੈ ਜੀ, ਲਿਆ ਫਿਰ ਤੋਰ ਦੀ ਇੱਕ ਵਾਰੀ। ਬਾਕੀ ਤਾਜ਼ੀ ਸੂਈ ਆ, ਮਗਰ ਇਹਦੇ ਵੱਛੀ ਆ ਹੈਗੀ ਜਿਹੜੀ ਐਰ ਸ਼ਹਿਰ 'ਚ ਆ, ਮਗਰਲੇ ਸੰਦ ਦੀ ਤਿਲੜ ਆ ਜਿਹੜੀ। ਇਹ ਵੀ ਠੰਡੀ ਧੀਰੀ ਆ ਜਿਹੜੀ। ਤੇ ਇਹਦਾ ਵੀ ਮੁੱਲ ਫਿਰ ਜਾਇਜ਼ਾ ਕਰ ਦਈਏ ਆਪਾਂ? ਇਹਦਾ ਵੀਰ ਜੀ ਮੁੱਲ ਤੇ ਉਹਦਾ ਜਿੱਦਾਂ ਦੀ ਵਿਆੜ ਆ 50-60,000 ਦੀ, ਹੁਣ 32,000 ਚ ਮਾਨਤਾ। 32,000 ਦੀ ਮਾਨਤਾ ਮੌਕੇ ਤੇ ਹੋਰ ਕਰ ਦੋਗੇ? 30 ਦੀ ਦੇ ਦਾ। ਅੱਛਾ, ਪੂਰੇ 30 ਦੀ ਕਰ ਦੋਗੇ? ਠੀਕ ਹੈ, ਬਾਕੀ ਕੋਈ ਵੀਰ ਫੋਨ ਲਾਵੇ ਘਰ ਆਏ ਵੀ ਇਦਾਂ ਮਾਨਤਾ ਕਰਾਂਗੇ ਹੋਰ ਵੀ। ਠੀਕ ਹੈ ਜੀ, ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਇਹੋ ਵੀ ਆਪਣੀ ਪਾਸ ਕਰਕੇ ਖੜਨ, ਤਿੰਨੇ ਸੂਈਆਂ ਸਵਾਈਆਂ ਆਪਣੀ ਕੋਈ ਚਵਾਈ ਕਰਕੇ ਖੜੇ, ਹਨਾ? ਠੀਕ, ਤਿੰਨ ਡੰਗ ਚੋਗੇ ਖੜਨਾ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆਹ ਬੱਚੇ ਜਿਹੜੇ ਇਹਨਾਂ ਦੇ ਇੱਕ ਵਾਰੀ ਲੱਗੇ ਤਾਂ ਵੀ ਦੇਖ ਸਕਦੇ ਜੀ।
ਇੱਕ ਮਗਰ ਆ ਜਰਸੀ ਵੱਛੀ ਆ ਤੇ ਇੱਕ ਮਗਰ ਵੱਛਾ ਆ। ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ, ਵੇਸ ਚੱਕ ਕੇ ਆਪਣੀ ਸਮਝ ਅਤੇ ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਖੜ੍ਹੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।